ਬੀਤੇ ਦਿਨੀ ਫਿਰੋਜ਼ਪੁਰ ਦੇ ਹਰੀਕੇ ਵਿਖੇ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਧਰਨਾ ਦੇ ਰਹੇ ਲੋਕਾਂ ਨੂੰ ਫਿਰੋਜ਼ਪੁਰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਸੀ ਕਿ ਗ੍ਰਿਫਤਾਰ ਕੀਤੇ ਨੌਜਵਾਨਾਂ ਨੂੰ ਰਿਹਾ ਕੀਤਾ ਜਾਵੇ, ਪਰ ਪ੍ਰਸ਼ਾਸਨ ਵੱਲੋਂ ਕੋਈ ਪੁਖਤਾ ਜਵਾਬ ਨਾ ਮਿਲਣ ਤੇ ਅੱਜ ਫਿਰੋਜ਼ਪੁਰ ਦੇ ਡੀਸੀ ਦਫ਼ਤਰ ਦੇ ਬਾਹਰ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਧਰਨਾ ਲਗਾ ਦਿੱਤਾ ਗਿਆ, ਜਿਸ ਵਿੱਚ ਲੱਖਾ ਸਿਧਾਣਾ ਵੀ ਪਹੁੰਚਿਆ। ਇਸ ਦੌਰਾਨ ਉਹਨਾਂ ਵੱਲੋਂ ਡੀਸੀ ਫਿਰੋਜ਼ਪੁਰ ਨੂੰ ਇੱਕ ਵਾਰ ਫਿਰ ਮੰਗ ਪੱਤਰ ਦਿੱਤਾ ਗਿਆ ਕਿ ਗ੍ਰਿਫਤਾਰ ਕੀਤੇ ਨੌਜਵਾਨਾਂ ਨੂੰ ਰਿਹਾ ਕੀਤਾ ਜਾਵੇ। ਅੱਜ ਫਿਰੋਜ਼ਪੁਰ ਦੇ ਡੀਸੀ ਦਫ਼ਤਰ ਦੇ ਬਾਹਰ ਸਿੱਖ ਜਥੇਬੰਦੀਆਂ ਵੱਲੋਂ ਲਗਾਏ ਧਰਨੇ ਵਿੱਚ ਪਹੁੰਚੇ ਲੱਖਾ ਸਿਧਾਣਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਰੀਕੇ ਵਿਖੇ ਸ਼ਾਂਤਮਈ ਤਰੀਕੇ ਨਾਲ ਧਰਨਾ ਦੇ ਰਹੇ ਲੋਕਾਂ ਤੇ ਪੁਲਿਸ ਵੱਲੋਂ ਅੰਨਾ ਤਸ਼ੱਦਦ ਢਾਇਆ ਗਿਆ। ਉਹਨਾਂ ਦੇ ਵਾਹਨਾਂ ਦੀ ਤੋੜ ਭੰਨ ਕੀਤੀ ਗਈ, ਮੋਟਰਸਾਈਕਲ ਦਰਿਆ ਵਿੱਚ ਸੁੱਟੇ ਗਏ, ਜੋ ਕਿ ਬਹੁਤ ਹੀ ਨਿੰਦਣਯੋਗ ਗੱਲ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਹਾਲਤ ਵੱਧ ਤੋਂ ਬੱਤਰ ਬਣਦੇ ਜਾ ਰਹੇ ਹਨ। ਪੰਜਾਬ ਵਿੱਚ ਨਾ ਕਿਸੇ ਨੂੰ ਲਿਖਣ ਦੀ ਆਜ਼ਾਦੀ ਹੈ ਅਤੇ ਨਾ ਹੀ ਬੋਲਣ ਦੀ। ਅਗਰ ਕੋਈ ਵੀ ਮਾੜੀ ਟਿੱਪਣੀ ਕਰਦਾ ਹੈ ਤਾਂ ਉਸ ਨੂੰ ਚੁੱਕ ਕੇ ਜੇਲ੍ਹ ਵਿੱਚ ਸੁੱਟਿਆ ਜਾ ਰਿਹਾ ਹੈ ਅਤੇ ਲਗਾਤਾਰ ਪੰਜਾਬ ਵਿੱਚ ਚੈਨਲ ਬੰਦ ਕੀਤੇ ਜਾ ਰਹੇ ਹਨ ਅਤੇ ਪੇਜ ਬੰਦ ਕੀਤੇ ਜਾ ਰਹੇ ਹਨ, ਜੋ ਕਿ ਬਿਲਕੁਲ ਧੱਕੇਸ਼ਾਹੀ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਅਤੇ ਜੋ ਲੋਕ ਗ੍ਰਿਫਤਾਰ ਕੀਤੇ ਗਏ ਹਨ ਉਹਨਾਂ ਨੂੰ ਤੁਰੰਤ ਰਿਹਾ ਕਰ ਦੇਣਾ ਚਾਹੀਦਾ ਹੈ। ਜੇ ਨਿਊਜ਼ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ। ਦੇਖੋ, ਅੱਜ ਡੀਸੀ ਦਫ਼ਤਰ ਦੇ ਅੱਗੇ ਇੱਕ ਧਰਨਾ ਰੱਖਿਆ ਸੀਗਾ ਫਿਰੋਜ਼ਪੁਰ ਦੇ ਅੱਗੇ, ਅਤੇ ਜੋ 43 ਨੰਬਰ FIR ਦਰਜ ਹੋਈ ਹੈ ਹਰੀਕੇ ਪੱਤਣ, ਉਹ 'ਚ 63 ਬੰਦੇ ਸ਼ਾਮਲ, 307 ਦਾ ਮੁਕੱਦਮਾ, ਲੋਕਾਂ ਦੀਆਂ ਗੱਡੀਆਂ ਭੰਨੀਆਂ, ਮੋਟਰਸਾਈਕਲ ਚੱਕ ਕੇ ਦਰਿਆ ਸਿੱਟਤੇ, ਬਹੁਤ ਬੁਰਾ ਹਾਲ ਕੀਤਾ, ਲੋਕਾਂ ਦੀ ਕੁੱਟਮਾਰ ਵੀ ਹੋਈ ਹੈ। ਉਹਦੇ 'ਚ ਪੱਤਰਕਾਰ ਕਈ ਉਹਦੇ 'ਚ ਸਾਜ਼ਿਸ਼ਕਰਤਾ ਬਣਾ ਕੇ ਨਾਮਜ਼ਦ ਕਰ ਦਿੱਤੇ ਗਏ। ਉਹਦੇ ਸੰਬੰਧ 'ਚ ਅੱਜ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਮਿਲੇ ਹਾਂ ਕਿ ਇਹ ਜਿਹੜੀ ਮੁਕੱਦਮਾ ਹੈ ਇਹ ਰੱਦ ਕੀਤਾ ਜਾਵੇ ਅਤੇ ਉਹ ਬੰਦੇ ਸਾਰੇ ਜਿਹੜੇ ਉਹ ਬਾਹਰ ਕੱਢੇ ਜਾਣ। ਦੇਖੋ, ਤਾਨਾਸ਼ਾਹੀ ਕਾਰਵਾਈ ਹੈ, ਧੱਕਾ ਐਡਾ ਧੱਕਾ ਥੋੜ੍ਹੀ ਹੁੰਦਾ, ਇੱਕ ਸ਼ਾਂਤਮਈ ਬੈਠੇ ਲੋਕਾਂ ਦੇ ਆ ਕੇ ਤੁਸੀਂ ਡਾਂਗਾ ਮਾਰੋ, ਅਥਰੂ ਕਹਿਣ ਦੇ ਗੋਲੇ ਚਲਾਓ, ਪਰ ਗੱਡੀਆਂ ਵੀ ਕਿਸ ਤਰੀਕੇ ਨਾਲ ਭੰਨੀਆਂ, ਉੱਤੋਂ ਨਹੀਂ ਸ਼ੀਸ਼ੇ ਭੰਨ ਕੇ ਮੁੜ ਗਏ, ਵਿੱਚੋਂ ਸੀਟਾਂ ਪਾੜਤੀਆਂ, ਵਿੱਚੋਂ ਸਟੀਰੀਓ ਡੈੱਕ ਕੱਢ ਕੇ ਲੈ ਗਏ। ਇਸ ਤਰੀਕੇ ਨਾਲ ਇਹ ਜਿਵੇਂ ਕੋਈ ਕਿਲ ਕੱਢੀ ਹੁੰਦੀ ਹੈ, ਖੁੰਦਕ ਨਹੀਂ ਹੁੰਦੀਆਂ ਬੰਦੇ ਨੂੰ, ਇਸ ਤਰ੍ਹਾਂ ਦੀ ਖੁੰਦਕ ਇਹਨਾਂ ਨੇ ਕੱਢੀ ਉੱਥੇ। ਇਹ ਜਿਹੜੀ ਕਾਰਵਾਈ ਤਾਂ ਦਿਖਦੀ ਹੈ ਕਿਵੇਂ ਡੰਡੇ ਦੇ ਬਲ 'ਤੇ ਜ਼ੋਰ 'ਤੇ ਲੋਕਾਂ ਦੇ ਆਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ, ਲੋਕਾਂ ਦੇ ਹੱਕਾਂ ਨੂੰ ਦੱਬਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ, ਕਿੰਨੇ ਚੈਨਲ ਬੰਦ ਕਰਤੇ, ਕਿੰਨੇ ਪੇਜ ਬੰਦ ਕਰਤੇ, ਕਿਸੇ ਨੇ ਕੋਈ ਟਿੱਪਣੀ ਕਰਤੀ ਉਹਨੂੰ ਚੱਕ ਕੇ ਜੇਲ੍ਹ ਸਿੱਟਤਾ 57 ਦੇ ਵਿੱਚ। ਇਹ ਤਾਂ ਨਾ ਸਾਨੂੰ ਲਿਖਣ ਦੀ ਆਜ਼ਾਦੀ, ਨਾ ਬੋਲਣ ਦੀ ਆਜ਼ਾਦੀ। ਇਹ ਤਾਂ 75 ਦੀ ਐਮਰਜੈਂਸੀ ਨੂੰ ਭੈੜਾ ਹਾਲ ਹੋਇਆ ਪਿਆ ਪੰਜਾਬ ਦੇ ਵਿੱਚ, ਕਿਵੇਂ ਲੋਕਾਂ ਨੂੰ ਡਰਾ ਕੇ ਦਬਾ ਕੇ ਬੰਦ ਕਰਤਾ। ਤੁਸੀਂ ਦੇਖੋ, ਧੱਕੇ ਦੀ ਗੱਲ ਦੇਖਦੇ ਹਾਂ, ਮੇਰੇ ਕੋਲ ਕਿਤਾਬ ਹੈ, ਮੈਂ ਪੜ੍ਹ ਰਿਹਾ ਸੀਗਾ ਪਲੱਸ ਟੂ ਦੀ ਪੋਲੀਟੀਕਲ ਸਾਇੰਸ ਦੀ ਕਿਤਾਬ ਆ, NCERT ਦਾ ਸਿਲੇਬਸ ਆ। ਉਹ ਕੀ ਕਹਿ ਰਿਹਾ ਕਿ ਅਨੰਦਪੁਰ ਸਾਹਿਬ ਦਾ ਮਤਾ ਇੱਕ ਵੱਖਵਾਦੀ ਮਤਾ, ਇਹ ਵੱਖਵਾਦੀ ਹੋਣ ਦੀਆਂ ਗੱਲਾਂ ਕਰਦੇ ਨੇ। ਇਹ ਇੱਕ ਇਹ ਗੱਲ ਰੱਖੀ ਹੈ, ਦੂਜੀ ਗੱਲ ਉਹ 'ਚ ਲਿਖੀ ਗਈ ਹੈ ਕਿ ਅਨੰਦਪੁਰ ਸਾਹਿਬ ਦੇ ਮਤੇ ਨੂੰ ਬਹੁਤੇ ਸਿੱਖਾਂ ਨੇ ਤਸਲੀਮ ਹੀ ਨਹੀਂ ਕੀਤਾ। ਤੀਜਾ ਉਹ ਲਿਖਦੇ ਆ ਕਿ ਅਨੰਦਪੁਰ ਸਾਹਿਬ ਦਾ ਮਤਾ ਪੰਜਾਬ ਨਾਲ ਦੂਜੇ ਸੂਬਿਆਂ ਦਾ ਰੇੜਕਾ ਖੜਾ ਕਰੂਗਾ। ਹੁਣ ਇਹ ਗੱਲ ਦੇਖੋ ਕਿੱਥੇ ਜਾ ਰਹੀ ਆ। ਅਨੰਦਪੁਰ ਸਾਹਿਬ ਦਾ ਮਤਾ ਹੈ ਕੀ ਆ ਪਹਿਲਾਂ ਸਮਝੋ। ਅਨੰਦਪੁਰ ਸਾਹਿਬ ਦਾ ਮਤਾ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਕਰਦਾ, ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਫੈਡਰਲ ਸਟਰਕਚਰ ਦੀ ਗੱਲ ਕਰਦਾ, ਉਹਦੇ 'ਚ ਸਾਡੀ ਮਾਂ ਬੋਲੀ ਦੀ ਗੱਲ, ਉਹਦੀ ਰੱਖਿਆ ਦੀ ਗੱਲ, ਸਾਡੀ ਰਾਜਧਾਨੀ ਸਾਨੂੰ ਮਿਲਣੀ ਚਾਹੀਦੀ ਆ, ਸਾਡੇ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ, ਸਾਡੇ ਡੈਮਾਂ ਦੇ ਪ੍ਰਬੰਧ ਦੀ ਗੱਲ, ਸਾਡੇ ਪਾਣੀਆਂ ਦੇ ਹੱਕ, ਇਹ ਸਾਰੀਆਂ ਉਹ ਗੱਲਾਂ ਨੇ। ਧਰਮ ਦੇ ਪ੍ਰਚਾਰ ਦੀ ਗੱਲ, ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ, ਇਹ ਸਾਰੀਆਂ ਉਹ ਮੰਗਾਂ ਸੀ ਅਨੰਦਪੁਰ ਸਾਹਿਬ ਦੇ ਮਤੇ ਦੀਆਂ, ਜਿਹੜੀਆਂ 1985 ਦੇ ਵਿੱਚ ਰਾਜੀਵ ਲੌਂਗੋਵਾਲ ਸਮਝੌਤਾ ਹੁੰਦਾ ਜਦੋਂ ਉਹਦੇ ਵਿੱਚ ਇਹ ਮੰਨੀਆਂ ਜਾਂਦੀਆਂ, ਸੈਂਟਰ ਸਰਕਾਰ ਮੰਨਦੀ ਹੈ ਵੀ ਆਹ ਤੁਹਾਡੀਆਂ ਮੰਗਾਂ ਠੀਕ ਆ ਜਾਇਜ਼ ਹੈ ਅਤੇ ਇਹ ਲਾਗੂ ਕਰ ਦੇਣੀਆਂ 1 ਜਨਵਰੀ 1985 ਨੂੰ, ਪਰ ਸਰਕਾਰ ਮੁੱਕਰ ਜਾਂਦੀ ਹੈ। ਅੱਜ ਉਸ ਮਤੇ ਨੂੰ ਇਹ ਕਹਿੰਦੇ ਵੱਖਵਾਦੀ ਹੈ, ਇਹ ਦੇਸ਼ ਤੋੜਨ ਦੀਆਂ ਗੱਲਾਂ ਕਰਦੇ ਆ, ਜਾਣੀ ਯਾਰ ਅਸੀਂ ਆਪਣੀ ਕੋਈ ਗੱਲ ਵੀ ਕਰਦੇ ਹਾਂ ਅਸੀਂ ਵੱਖਵਾਦੀ ਹੋ ਜਾਂਦੇ, ਅਸੀਂ ਅੱਤਵਾਦੀ ਹੋ ਜਾਂਦੇ ਹਾਂ, ਹੱਦਾਂ 'ਤੇ ਮਰਨਾ ਅਸੀਂ ਦੇਸ਼ ਭਗਤਾਂ, ਅਸੀਂ ਰਾਸ਼ਟਰਵਾਦੀ ਹਾਂ, ਲੰਗਰ ਲਾਉਣਾ ਤਾਂ ਅਸੀਂ ਦੇਸ਼ ਭਗਤ ਹਾਂ, ਕੋਈ ਆਫਤਾ ਆ ਜਾਵੇ, ਕੋਈ ਹੜ੍ਹ ਆ ਜਾਵੇ ਤਾਂ ਦੇਸ਼ ਭਗਤ ਹਾਂ, ਜਦੋਂ ਕੋਈ ਹੱਕ ਦੀ ਗੱਲ ਕਰ ਲਓ ਉਦੋਂ ਅਸੀਂ ਅੱਤਵਾਦੀ ਹਾਂ। ਇਹ ਜ਼ੁਲਮੇ ਧੱਕਾ ਕਿਉਂ ਸਵਾਲ ਤਾਂ ਜਿਹੜੇ ਹੁਣ ਅੱਜ ਸਾਨੂੰ ਸਵਾਲ ਕਰਦੇ ਆ ਨਾ, ਇੱਥੇ ਇੱਕ ਬੀਬੀ ਆ ਗਈ, ਸਾਡਾ ਮੋਰਚਾ ਲੱਗਿਆ ਘੱਲ ਖੁਰਦ ਪਾਣੀ ਵਾਲਾ, ਉਹ ਬੀਬੀ ਆ ਗਈ ਜੋ ਦਿੱਲੀ ਤੋਂ ਆਈ ਹੈ ਚੰਨਲ ਦੀ, ਕਿਸੇ ਦੀ ਉਹ ਪਹਿਲਾਂ ਤੁਸੀਂ ਪਾਣੀਆਂ ਦੀ ਗੱਲ 'ਤੇ ਕਿਉਂ ਜੀ ਤੁਸੀਂ ਵੱਖਵਾਦੀ ਗੱਲਾਂ ਕਰਦੇ ਹੋ ਜੀ,
ये पानी का मुद्दा उन्होंने मिलना चाहिए, राजस्थान में मिलना चाहिए। पर बीबा ने सवाल किया, बीबा जे पानी राजस्थान में मिलना चाहिए, पंजाब भुखा मर रहा, पंजाब का धरती हेठला पानी मुक चलिया, रायपुरन ला दे अधीन राजस्थान साडा रायपुर स्टेट नहीं है, साडा दिल्ली रायपुर स्टेट नहीं है, असं पानी क्यों देंगे? की सानू जमुना चो गंगा चो ब्रह्मपुत्र चो पानी मिल सकता है? फिर की सानू राजस्थान के पत्थर कोई झारखंड चो लोहा कोला कोई मुफ्त मिल सकता है? अब राजस्थान के कोई अपनी जमीन भी नहीं, आपके पैसा ना खरीदनी वो भी नहीं खरीद सकते, आधार कार्ड कोई वोटर कार्ड नहीं बना सकते, तो साडा पानी लुट के मना मुही दो। पंजाब के कोल सिर्फ ये नासा की रिपोर्ट आ कि 10-15 साल का पानी बचा धरती हेठा, वो साडा पानी खिंच के ले जा रहे हैं, हुण उल्टा नहरां पक्कियां करके ले जा रहे हैं। जिहड़े सानू ही हर वारी यह पाठ पढ़ाया जाता है राष्ट्रवाद का, जिहड़े सब तो ज़्यादा कौम ने इस मुल्क की खातर कुर्बानियां कीतियां, चाहे अंग्रेजों के दौर की गल, चाहे मुगलों के दौर की गल, अज भी चाहे काले पानिया के भी आप देखो सब तो ज़्यादा जेल कट्टण वाले फांसियां ते चढ़न वाले, अज भी जे कोई 10 साढ़े फौजी जवान शहीद होंदे गए हद से तो 6 साढ़े पंजाब दे ने उस झंडे च लपेट के लाशां घरे आउंदियां ने। जाने हक सानू हर बार जिहड़ा हर बार सानू टैस्ट देना पैंदा, सानू इम्तिहान देना पैंदा, सानू ये कहा जांदा सब कुछ करन दे बावजूद भी मुल्क भुखा मर रहा, ढिड भरन दी नौबताई लोकां दी, तां असीं अपणियां आप नाते ला के जहर सट के अपनी धरती के उत्ते अनाज पैदा किया, अभी धरती भी जहरीली कर ली, पानी भी जहरीले कर ले, मकान भी लिया, हवा भी असी जहरीली कर ली, ता भी असी बखबादी हाँ। तो समझ की लड़ है कि यार साढ़े नाल हो की रहा, पर मैं भाई गल दुश इन्हों की दोष देना दुश्मनों, उन्होंने सू मारना हर तरीका उन्होंने अपनाया होया, हमले बड़े गुजे तो बड़े लुकमे आ, साढ़े अपने की कर रहे वकालता साहब जहेदार कही जाते जहेदार साहब कहे जी सानू जरा चाहिए जी गिरफ्तारियां दे दौ जी, जहेदार साहब थोड़ा फर्ज बनता भी जदों भी तुहाडे कोले कोई कालता साहब के उत्ते कोई बंदा तुहाडे कोल शरण लई आया, तुहाडे कोले इतिहास रहा छेवें पातशाही तो लैके कि कोई भी आया होवे तो उहदी रख्या होई है, उस मजलूम की रख्या, तो जिहड़ी हुकूमत की भख्या का सिधांत है कि असी हमेशा उहदे नाल खड़े हाँ, अकाल तख्त का कोई भी समय समय से जहेदार रहा होवे, पर अज तुहाडा फर्ज बनता भी भाई आओ मैं मेरे कलाबे च आओ मेरी शरण आओ, जिहड़ा भी साडा नौजवान है असी सरकार नाल गल करदे हाँ, फर्ज तां इह बनता सी कि सिद्धा ही कहता भी चलो भाई बचड़ा दे मूँह च दे दिओ अपनियां जाके जिंदगियां, जिहड़ा बघाड़ जिहड़े दे मूँह नूं खून लग्या लगातार साडा खून पी रहा, सो इह फिर असी की समझ गए साडा इत्थे रख्या कौण आ? साडे बंदे जो गोदी मीडिया ने सानू बदनाम किया आ पिछले 25 दिनों के साडे मत्थे जो टैग लाया पूरी दुनिया के विच, जो साडी भल बनी सी किसानी अंदोलन दौरान पूरा रज के बदनाम किया, उस पंजाब का जिहड़ा वोटी मीडिया उहदा किड्डा वड्डा योगदान रहा अपने आप नूं पंजाब पक्षी कहाउण वाले, उन्होंने रज के मैं कई चैनल ऐसे ने रज के साडे खिलाफ प्रापेगंडा के प्रचार किया, स्टेट का हाथ ठोका बन के काम किया, तो पर असीं की तो बचांगे? दुश्मन तो वैरी है कि साढ़े तो अपने वैरी होए पे ने, इसलिए मैं कहना चाहना जिन्हें भी सरहद लोग ने पंजाब के किसी धारा दे ने खब्बे ने सज्जे ने पंचक ने कोई भी धारा दे सारे कट्ठे होकर अज पंजाब की लड़ाई लड़नी चाहिए है, जिन्हें पंजाब के हक ने जो खोहे जा रहे या खोहे पहला गए उन्होंने लैण के लिए सानू कट्ठे होकर सिर जोड़ के लड़न की लड़ है, ता ही असी पंजाब आने वाली नस्लों के फसलों को बचा सकते।